ਕਿਹੜੇ ਦੋ ਸ਼ੇਰ? ਬਿਸਮਿਲ੍ਲਾਹਿ ਰਹਿਮਾਨ ਰਹੀਮ। ਲਓ ਜੀ, ਮਹਿਰਾਬ ਇਹਦੇ 'ਤੇ ਸ਼ੀਸ਼ਾ ਜਿਹੜਾ ਲੱਗਾ ਸੀ ਸਾਰਾ ਉਤਾਰ ਦਿੱਤਾ ਗਿਆ ਅਤੇ ਮਸਜਿਦ ਦੀਆਂ ਦੀਵਾਰਾਂ ਸਾਰੀਆਂ ਤੋਂ ਰੰਗ ਵੀ ਉਤਾਰ ਦਿੱਤਾ ਗਿਆ ਤਾਂ ਕਿ ਟਾਇਲ ਲੱਗ ਸਕੇ। ਨੈਕਸਟ ਅਗਲਾ ਜਿਹੜਾ ਮਰਹਲਾ ਹੈ ਨਾ ਉਹ ਟਾਇਲ, ਲੇਕਿਨ ਉਮੀਦ ਹੈ ਕਿ ਅਸੀਂ ਜਿਹੜਾ ਮੈਂ ਤਾਂ ਮਸਜਿਦ ਦਾ ਫਰਸ਼ ਹੈ ਥੋੜ੍ਹਾ ਡਾਊਨ ਹੋ ਗਿਆ, ਇਹਨੂੰ ਵੀ ਉੱਚਾ ਕਰਨਾ ਪੈਣਾ ਕਿ 6 ਇੰਚ ਤੱਕ। ਮਿਸਤਰੀ ਨੇ ਕਿਹਾ ਕਿ ਇਹਨੂੰ 6 ਇੰਚ ਤੱਕ ਉੱਚਾ ਕੀਤਾ ਜਾਏ ਹੈ। ਬਟਨ ਨੇ ਏ ਸੀ ਦੇ ਪੁਆਇੰਟ ਨੇ, ਬਾਹਰ ਦਾ ਵਿਊ ਹੈ ਦਰਬਾਰ ਦੀ ਤਰਫ, ਗਲੀ ਵਾਲੀ ਸਾਈਡ। ਸੀਲਿੰਗ ਮੁਕੰਮਲ ਹੋ ਗਈ ਹੈ। ਬਰਾਮਦਾ ਅਸੀਂ ਬਰਾਮਦੇ 'ਚ ਆ ਗਏ ਹਾਂ ਅਤੇ ਬਰਾਮਦੇ ਦਾ ਸੀਲਿੰਗ ਮਾਸ਼ਾਅੱਲਾ ਮੁਕੰਮਲ ਹੋ ਗਈ ਹੈ। ਉਹ ਟਾਇਲ ਪਈ ਹੈ ਜਿਹਦੀ ਬਾਰੀ ਹੈ ਸਾਹਮਣੇ, ਥੋੜ੍ਹੀ ਜਿਹੀ ਕੋਈ ਬ੍ਰੇਕੇਜ ਨਜ਼ਰ ਆ ਰਹੀ ਹੈ, ਇਹਨੇ ਰਿਪੇਅਰ ਕਰਨਾ ਪੈਣਾ। ਉਸ ਕਮਰੇ 'ਚ ਕਲਾਸ ਲੱਗੀ ਹੈ, ਇਨਸ਼ਾਅੱਲਾ ਹੁਣ ਰਮਜ਼ਾਨ ਤੋਂ ਪਹਿਲੇ ਇਹਨੂੰ ਕੰਪਲੀਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਣੀ ਹੈ। ਬਾਹਰ ਬਰਾਮਦੇ ਦੀਆਂ ਦੀਵਾਰਾਂ ਮੀਨਾਰ ਦਰਸ ਦੀ ਬਿਲਡਿੰਗ ਜ਼ੇਰੇ ਤਮੀਰ, ਵਾਸ਼ਰੂਮ ਵਜ਼ੂ ਖਾਨਾ ਵਜ਼ੂ ਕਰਨ ਵਾਸਤੇ ਜਗ੍ਹਾ, ਇਹ ਵੀ ਚੇਂਜ ਹੋਣੀ ਹੈ ਠੀਕ ਹੋਣੀ ਹੈ। ਕਲਾਸਰੂਮ ਅੰਦਰ ਵਾਲਾ ਕੰਮ ਮੁਕੰਮਲ ਹੋ ਕੇ ਉਸ ਤੋਂ ਬਾਅਦ ਜਿਹੜਾ ਨਾ ਇਹਨੂੰ ਕੀਤਾ ਜਾਏਗਾ ਮੈਂਟੇਨੈਂਸ ਸਾਰੀ ਹੈ ਜੀ। ਇਸ ਵਕਤ ਤੱਕ ਦੀ ਰਿਪੋਰਟ।